ਭਾਈ ਅਮਰਿੰਦਰ ਨੇ ਨੇਲਸ ਕਰਵਾ ਲਏ ਤੇ ਨੇਲਸ ਕਰਵਾਏ ਵੀ ਇਨਕੀ ਡਾਰਕ ਆ ਇਨਕੀ ਕਿਵੇਂ ਤਾਂ ਜੀ ਕੀਤਾ ਡਾਰਕ ਕਰਨ ਨੂੰ ਜੀ ਕਹਿੰਦੇ ਮੈਂ ਡਾਰਕ ਹੀ ਕਰੂੰਗੀ ਹੈ ਜੀ ਕਹਿੰਦੇ ਮੈਂ ਡਾਰਕ ਹੀ ਕਰੂੰਗੀ ਪੈਰਾਂ ਦੀ ਵੀ ਕਰਾਇਆ ਅਮਰਿੰਦਰ ਨੇ ਇੰਨੇ ਘੈਂਟ ਬਣੇ ਪੈਰ ਅਮਰਿੰਦਰ ਕਹੀ ਮੈਨੂੰ ਤਾਂ ਪੈਰ ਹੀ ਸੋਹਣੇ ਲੱਗੇ ਜਾਂਦੇ ਆ ਤੇ ਹੁੱਡੀ ਹੈ ਤਾਂ ਕਰਕੇ ਪਾ ਰਹੀ ਹੈ ਕਿਉਂਕਿ ਇਹਦੀ ਫੇਵਰੇਟ ਆ ਕਹਿੰਦੀ ਮੈਂ ਵੈਡਿੰਗ ਡੇਸ ਦੇ ਵਿੱਚ ਪਾਉਣੀ ਆ ਮੈਨੂੰ ਮੂਹਰੇ ਗੱਲ ਇਹੀ ਪਈ ਦੀ ਕਿ ਮੈਂ ਕੱਢ ਲਈ ਤੇ ਅੱਜ ਅਮਰਿੰਦਰ ਦੀ ਹੈਗੀ ਹੈ ਮਹਿੰਦੀ ਕੱਲ ਨੂੰ ਅਮਰਿੰਦਰ ਦੀ ਹੈਗੀ ਜਾਗ ਪਰਸੋਂ ਅਮਰਿੰਦਰ ਦੀ ਹੈਗੀ ਵਧਾਈ ਵਿਆਹ ਨਹੀਂ ਕਹਿਣਾ ਡੋਲੀ ਇਮੋਸ਼ਨਲ ਹੋ ਗਈ ਤੂੰ ਨਹੀਂ ਡੋਲੀ ਮਿਲਵਾਏਂਗੀ ਹੈ ਹੁਣ ਹੀ ਪੈਣਾ ਨਹੀਂ ਮੈਂ ਕੁੱਟੂ ਵੜ ਕੇ ਦਿਲ ਕੁਛ ਕੱਲ ਮੈਨੂੰ ਕਹਿੰਦਾ ਕਹਿੰਦਾ ਬੀਪਲ ਕਹਿੰਦਾ ਕਿ ਆਪਾਂ ਰੋਵਾਂਗੇ ਕਿ ਜੋ ਬੱਬੂ ਤੁਰੀ ਚੁੰਨੀ ਤੇਰੀ ਪੁੱਟੀ ਸਟਾਰ ਉਹ ਚੱਲ ਕੋਈ ਨੀ ਇੰਨਾ ਕੁ ਤਾਂ ਚੱਲਦਾ ਜਾਏਗਾ ਦਿਲ ਕੋ ਕਹਿੰਦਾ ਕਿ ਰੋਵਾਂਗੇ ਆਪਾਂ ਜੋ ਬੱਬੂ ਤੁਰੀ ਮੈਂ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਆਟੋਮੈਟਿਕਲੀ ਮਲੋਈ ਗਿੱਧੇ ਵਾਲੇ ਨੇ ਰਵਾ ਦੇਣਾ ਜੇ ਮੈਂ ਬੱਬੂ ਉੱਠ ਕੇ ਤਰਨ ਲੱਗੀ ਜਦੋਂ ਉਹਨਾਂ ਨੇ ਕਿਹਾ ਧੀਆਂ ਘਰ ਚੱਲੀਆਂ ਸਰਦਾਰੀ ਨੀ ਵਾਲੇ ਹੁਣ ਤਾਂ ਮੈਂ ਦੰਦ ਕੱਢੀ ਨਹੀਂ ਆ ਕੱਲ ਅਸੀਂ ਮੈਗ ਵੀ ਦੇਖੇ ਨਾ ਪਹਿਲੇ ਹੀ ਤੁਰ ਪਏ ਸੀਗੇ ਤੇ ਜਦੋਂ ਮੈਂ ਲਾਈਵ ਦੇਖਿਆ ਨਾ ਮੈਗ ਵੀ ਦੇਖੇ ਸਮਾਨ ਸਾਰਾ ਉਹਦੇ ਚ ਪਾ ਕੇ ਲਈ ਹਾਂ ਆ ਸੀਗਾ ਇਹਦੇ ਚ ਮੈਂ ਨਾ ਉਹ ਲੈ ਕੇ ਗਈ ਸੀਗੀ ਅਡਾਪਟਰ ਲਵਾ ਕੇ ਜਾਊਗੀ ਤੇ ਡਰੈਸ ਘਰੇ ਜਾ ਕੇ ਚੇਂਜ ਕਰ ਲੂਗੀ ਗ੍ਰੀਨ ਤੇ ਆਹ ਮੱਥਾ ਪੱਟੀ ਲਾਉਣੀ ਅਮਰਿੰਦਰ ਨੇ ਅਮਰਿੰਦਰ ਤੇ ਇੰਨੀ ਸੋਹਣੀ ਲੱਗਦੀ ਸੀ ਜਿੱਦਣ ਇਹਨੇ ਦਿਲ ਖੁਸ਼ ਦੀ ਇੰਗੇਜਮੈਂਟ ਤੇ ਲਾਈ ਸੀਗੀ ਅੱਜ ਮੈਂ ਕੀ ਕਰਨਾ ਆ ਤਾਂ ਜਿਹੜਾ ਫੋਨ ਦਾ ਸਿਮ ਆ ਉਹ ਈ ਸਿਮ ਚ ਕਰਾ ਕੇ ਲਿਆਉਣਾ ਉਹ ਮੈਮਰੀ ਲਵਾਉਣਾ ਗਾਰਡ ਲਵਾਉਣਾ ਕਵਰ ਲੈਣਾ ਫਿਰ ਉਸ ਤੋਂ ਬਾਅਦ ਮੈਂ ਫੋਨ ਯੂਜ਼ ਕਰਨਾ ਸੁਬਹਾ ਸੁਬਹਾ ਦਿਲ ਕੋ ਮੈਨੂੰ ਤੂੰ ਫੋਨ ਚਲਾ ਤਾਂ ਲਿਆ ਤੇ ਮੈਨੂੰ 11 ਦੇ ਦੇ ਮੈਂ ਕਿਹਾ ਨਾ ਬਈ ਹਜੇ ਕੋਈ ਗੱਲਬਾਤ ਨਹੀਂ ਆਪਾਂ ਤਾਂ ਫੋਨ ਡੱਬੇ ਚ ਪਾ ਕੇ ਲੈ ਕੇ ਆਏ ਭਾਬੀ ਘਰੇ ਵਲੌਗ ਬਣਾ ਲੂਗੀ ਮੈਂ ਕਿਹਾ ਨਾ ਇਹ ਗੱਲ ਗਲਤ ਜਿੰਨੇ ਘਰ ਮੇਰਾ ਸਮਾਨ ਨੀ ਪੂਰਾ ਹੁੰਦਾ ਫੋਨ ਦਾ ਉਨਾ ਟਾਈਮ ਮੈਂ ਫੋਨ ਨਹੀਂ ਯੂਜ਼ ਕਰਨਾ ਉਸ ਤੋਂ ਬਾਅਦ ਤੂੰ 11 ਲੈ ਲਈ 12 ਸਾਡੇ ਕੋਲ 16-2 ਹੋ ਗਏ ਇੱਕ ਚ ਬਣਾਵਾਂਗੇ ਰੀਲਾਂ ਤੇ ਇੱਕ ਚ ਬਣਾਵਾਂਗੇ ਵਲੌਗ ਠੀਕ ਹੈ ਅਮਰਿੰਦਰ ਦੇ ਵਿਆਹ ਦੇ ਪਾਉਣੇ ਮੈਨੂੰ ਕਹਿੰਦੀ ਰਹਿਣ ਦੇ ਬਦਲ ਦੇ ਮੈਂ ਕਿਹਾ ਤਾਂ ਮੈਂ ਲਿਆਂਦੀ ਝੇਡਾ ਕਰੀ ਜਾਂਦੀ ਹੈ ਆਹ ਲਾਊਗੀ ਅਮਰਿੰਦਰ ਕਰਲ ਪਵਾ ਕੇ ਹਨਾ ਬੈਗ ਤੇ ਅਤੇ ਜੇ ਮੈਨੂੰ ਸੋਹਣੀ ਲੱਗੀ ਤਾਂ ਫਿਰ ਮੈਂ ਵੀ ਜਾਂਦੀ ਹੋਈ ਲੈ ਜੂੰਗੀ ਹਾਂ ਹੋਰ ਫਲਾਵਰ ਵੀ ਆ ਤੇ ਅੱਜ ਫਿਰ ਮੈਂ ਜਾਊਂਗੀ ਸਮਾਨ ਸਮੂਨ ਇਕੱਠਾ ਕਰਕੇ ਲਿਆਉਂਗੀ ਵੈਸੇ ਮੈਂ ਕੱਲ੍ਹ ਹੇਅਰ ਵਾਸ਼ ਤਾਂ ਕੀਤਾ ਸੀ ਕਿਉਂਕਿ ਇੱਥੇ ਮੈਂ ਨਾ ਆਪਦੇ ਉਹ ਕਰਾਉਣਾ ਸੀ ਮਿਡਲ ਜਿਹਾ ਅਤੇ ਇੱਥੇ ਆਪਦੇ ਉਹ ਲਵਾਏ ਸੀਗੇ ਪਾਰਲ ਸੋਹਣਾ ਲੱਗਦਾ ਕੱਲ੍ਹ ਵਾਲਾ ਹੇਅਰ ਸਟਾਈਲ ਮੇਰਾ ਆਪ ਹੀ ਮੈਂ ਤਰੀਫ ਕਰੀ ਜਾਂਦੀ ਬਾਕੀ ਤੁਸੀਂ ਦੇਖ ਹੀ ਲਿਆਉਣਾ ਹੈਂ ਸੋਹਣਾ ਲੱਗਦਾ ਸੀਗਾ ਚਲੋ ਚੰਗੀ ਗੱਲ ਆ ਅਤੇ ਹੁਣ ਇਹਨੂੰ ਸਾਂਭ ਕੇ ਮੁੜ ਕੇ ਮੈਨੂੰ ਕਹਿ ਦਿਉ ਕਿ ਤੂੰ ਹੀ ਖਲਿਆ ਦਿੰਦਾ ਚੀਜ਼ ਇਹਨੂੰ ਆਪਾਂ ਰੱਖੀਏ ਅਤੇ ਮੈਂ ਤਾਂ ਅਮਰਿੰਦਰ ਨੂੰ ਇੱਥੇ ਛੱਡ ਕੇ ਅਤੇ ਮੈਂ ਚੱਲ ਜਾਣਾ ਆਪਦੇ ਸਮਾਨ ਦਾ ਸਮਾਨ ਦਾ ਕੀ ਨਹੀਂ ਆਪਦੇ ਫੋਨ ਦਾ ਸਮਾਨ ਪੂਰਾ ਕਰਨ ਅਤੇ ਉਦੋਂ ਨੂੰ ਸੁਣੀ ਮੈਮ ਆ ਜਾਣਗੇ ਅਤੇ ਆਪਾਂ ਲੈ ਕੇ ਆਏ ਹਾਂ ਅਮਰੂਦ ਅਤੇ ਇੱਕ ਡੱਬਾ ਅਮਰੂਦ ਉਹ ਕੱਲ੍ਹ ਕਹਿ ਕੇ ਆਏ ਸੀਗੇ ਤਾਂ ਲੈ ਕੇ ਆਏ ਹਾਂ ਡੈਡੀ ਨੇ ਤੋੜ ਕੇ ਰੱਖੇ ਪਏ ਸੀਗੇ ਅਤੇ ਡੱਬਾ ਮਿਠਾਈ ਬਣ ਗਈ ਫਿਰ ਹੁਣ ਤਾਂ ਆਪਾਂ ਲਿਆਈ ਸਕਦੇ ਹਾਂ ਜੋ ਘਰੇ ਮਿਠਾਈ ਬਣੀ ਪਈ ਆ ਦਿਲ ਕੁਛ ਤਾਂ ਕੱਲ੍ਹ ਅੰਦਰ ਮੈਂ ਵੀ ਦੇਖਣ ਨੂੰ ਕਹਿੰਦਾ ਸੀ ਕਹਿੰਦਾ ਕਿ ਡੱਬੇ ਤੋਂ ਕਰਾਉਣ ਆਪਣੇ ਘਰੇ ਬਣੀ ਪਈ ਉਹ ਕਹਿੰਦੇ ਅਸੀਂ ਦਾਤ ਦੇਣੀ ਆ ਮੈਂ ਚੱਲ ਕੋਈ ਨਹੀਂ ਦੇ ਦਿਓ ਆਪਾਂ ਕਿਹੜਾ ਮਨਾ ਕਰਦੇ ਹਾਂ ਸਟਾਲ ਮੇਰਾ ਸਾਰੇ ਵਲੌਗ ਪੁੱਠੇ ਹੈਗੇ ਕੋਈ ਚੱਕਰ ਨਹੀਂ ਚੱਲਣ ਦਿਓ ਬਾਕੀ ਬਾਈ ਕਈ ਵਲੌਗਾਂ ਦਾ ਹੁਣ ਐਂਡ ਵੀ ਨਹੀਂ ਹੋਇਆ ਕਰਨਾ ਜਾਂ ਸਟਾਰਟਿੰਗ ਨਹੀਂ ਹੋਇਆ ਕਰਨੀ ਇੱਦਾਂ ਹੀ ਵਲੌਗ ਸ਼ੁਰੂ ਹੋਇਆ ਕਰਨੇ ਆ ਉਹ ਤੁਸੀਂ ਕੰਪਰੋਮਾਈਜ਼ ਕਰਿਓ ਬਾਕੀ ਆਪਾਂ ਹਰੇਕ ਵਿਹਾਰ ਦਾ ਵਲੌਗ ਬਣਾਵਾਂਗੇ ਅਤੇ ਆਊਗਾ ਬਾਕੀ ਤੁਸੀਂ ਲਾਸਟ ਵਲੌਗਸ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਥੈਂਕ ਯੂ ਸੋ ਮੱਚ ਅਤੇ ਜਿਹੜੇ ਆਪਣੇ ਆਉਣ ਵਾਲੇ ਵਲੌਗ ਹੋਣਗੇ ਉਹ ਵੀ ਬਹੁਤ ਇੰਟਰਸਟਿੰਗ ਅਤੇ ਸੋਹਣੇ ਹੋਣਗੇ ਥੋੜ੍ਹਾ ਬਹੁਤ ਅਸੀਂ ਹਰ ਇੱਕ ਵਿਹਾਰ 'ਤੇ ਕ੍ਰੀਏਟਿਵ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਚੀਜ਼ਾਂ ਤੁਸੀਂ ਵਲੌਗ 'ਚ ਦੇਖੋਗੇ ਅਤੇ ਕਮੈਂਟ ਸੋਹਣੇ ਸੋਹਣੇ ਜ਼ਰੂਰ ਕਰਿਆ ਕਰੋ ਬਾਕੀ ਹੁਣ ਆਪਾਂ ਫੋਨ ਦਾ ਕੋਈ ਥੋੜ੍ਹਾ ਮੋਟਾ ਕੰਮ ਕਰਾ ਲਈਏ ਫਿਰ ਉਦੋਂ ਥੋੜ੍ਹਾ ਮੋਟਾ ਕੰਮ ਕਰਾ ਲਈਏ ਸਤਿ ਸ਼੍ਰੀ ਅਕਾਲ।
ਤਿਤਲੀਆਂ ਲਾਉਣ ਤੇ ਬਾਹਲਾ ਟਾਈਮ ਲੱਗ ਜਾਂਦਾ, ਬੰਦਾ ਕੀ ਕਰੇ। ਵਲੌਗ ਬਣਾਉਂਦੇ ਆ ਚਲਾ ਦਿਓ ਤਾਂ ਕੋਈ ਮਹਿੰਦੀ ਦੀ ਤਿਆਰੀ ਭੈਣ ਲੈ ਗਾ ਬਲ ਮੇਰਾ ਸਬਰੀ ਇਹ ਮਾਰ ਦੋ ਤੇਰਾ ਮਹਿੰਦੀ ਨੂੰ ਕਿਉਂ ਮਾਰ ਦਿਓ ਸਾਜ ਤਾਜ ਕੇ ਹੋਰ ਮਹਿੰਦੀ ਦਾ ਤਾਂ ਕਿਹੜੇ ਗੀਤ ਹੁੰਦੇ ਕੋਈ ਮਹਿੰਦੀ ਦੀ ਤਿਆਰੀ ਬੇਟੀ ਲੈ ਗਾ ਲੰ ਮਹਿੰਦੀ ਬੇਟੀ ਕਹੇ ਦੀਦੀ ਬੀਬੀ ਕਹੇ ਤੇ ਚੱਲ ਬੀਬੀ ਹੋਈ ਮਹਿੰਦੀ ਦੀ ਤਿਆਰੀ ਹੋਈ ਮੈਂ ਦੀਦੀ ਨੀ ਤਿਆਰੀ ਲੈ
ਬੀਬੀ ਭੂਆ ਨੂੰ ਬੜੀ ਨੀ ਪਿਆਰੀ ਲੈ ਵਾਲ ਮਹਿੰਦੀ ਦਾ ਬੀਬੀ ਭੂਆ ਨੂੰ ਕਰੀ ਨੀ ਪਿਆਰੀ ਲੈ ਵਾਲ ਮਹਿੰਦੀ ਦਾ ਮਾਸੀ ਦੇ ਜਾਣਾ ਸੀ ਕਿਤੇ ਹੁਣ ਤਰ ਚਾਹ ਤਰੀ ਪੀ ਤੁਹਾਡੀ ਬੜੀ ਤੂੰ ਪਿਆਰੀ ਲੈ ਵਾਲੀ ਮਹਿੰਦੀ ਬੀਬੀ ਮਾਂ ਮੈਨੂੰ ਬੜੀ ਤੂੰ ਪਿਆਰੀ ਲੈ ਵਾਲੀ ਸਵਰੀਨ ਲੈ ਫੜ ਦੀਦੀ ਤਿਆਰੀ ਲੈ ਵਾਲ ਨੂਰ ਦੇ ਕੱਪੜੇ ਕੱਢ ਕੇ ਦਿੰਦੇ ਕੁੜੇ ਤਿਆਰ ਕਰਦੇ ਇਹ ਮੇਰੀ ਗੱਲ ਜੈਸੇ ਨੂੰ ਕਹਾਂ ਜਾਣ ਦੀ ਤਾਂ ਲੋੜ ਨਹੀਂ ਤਾਂ ਛੇਤੀ ਲਾਈ ਜਾਂਦੇ ਮਹਿੰਦੀ ਤੂੰ ਘਰੇ ਜਾ ਕਰਨਾ ਕਿੱਥੇ ਆ ਅੱਜ ਮੇਰੇ ਕੌਣ ਲਾਊਗਾ ਮਹਿੰਦੀ ਮੈਂ ਕਰ ਲੈਣੀ ਅੱਗੇ ਹੱਥ ਸਵਰੀਨ ਠੰਡ ਲੱਗਦੀ ਹੈ ਤੈਨੂੰ
ਕਿ ਮੈਂ ਇਕੱਠੀ ਜੀ ਹੋਈ ਜਾਂਦੀ ਆ ਫੋਟੋ ਖਿੱਚੀ ਸਬਰੀ ਨੂਰ ਕੈਮਰੇ ਚ ਫੋਟੋ ਵਨ ਮਿੰਟੇ ਕਰਕੇ ਬ੍ਰਾਈਟਨੈਸ ਚੱਕ ਕੇ ਸਾਰੇ ਚਾਹ ਪਾਣੀ ਪੀ ਜਾਂਦੇ ਆ ਹੁਣ ਕਿਨੂੰ ਜੇ ਠੰਡ ਲੱਗਦੀ ਉਤੋਂ ਦੀ ਕੁਝ ਪਾ ਆਉਂਦੀ ਇੰਡਾ ਵੱਡੇ ਦਾ ਸੂਰਜ ਨਿਕਲਿਆ ਹਾਂਜੀ ਡੈਡੀ ਸਾਹਮਣੇ ਦੇਖੋ ਦੇਖੋ ਹੱਸ ਕੇ ਇੱਕ ਮਿੰਟ ਇੱਥੇ ਰੱਖਿਓ ਠੀਕ ਆ ਆਜੋ ਆਜੋ ਜੀ ਸਵਰੀਨ ਸਾਰਾ ਨਾ ਪਹਿਲਾਂ ਹੀ ਛੋਲੀ ਬਗੀ ਡੀਜੇ ਵਾਲੇ ਬਾਬੂ ਬੰਦ ਕਰਦੇ ਕਰਦੇ ਬੰਦ ਕਾਪੀ ਰਾਈਟ ਆਜੂਗਾ ਲਓ ਬਈ ਇੱਧਰ ਮਹਿੰਦੀ ਦਾ ਪ੍ਰੋਗਰਾਮ ਚੱਲੀ ਜਾਂਦਾ ਭੂਆ ਜੀ ਨੇ ਲਵਾ ਲਈ ਉੱਧਰ ਮਾਸੀਆਂ ਨੇ ਵੀ ਲਵਾ ਲਈ ਇੱਧਰ ਲਵਾ ਲਈ ਹੈਂ ਵੇਲਾਂ ਪਾਲੀਆਂ ਐਨਕਾਂ ਦੇ ਟੰਗ ਇੱਧਰ ਮਾਸੀ ਨੇ ਵੀ ਲਵਾ ਲਈ ਇੱਧਰ ਭੂਆ ਨੇ ਵੀ ਲਵਾ ਲਈ ਦਿਖਾਈ ਐਂ ਕਰ ਹਾਂ ਇਹਨਾਂ ਨੇ ਸਵਰੀਨਾ ਰੰਗਾਂ ਦਾ ਸੁਕਾ ਵੀ ਲਈ ਅਤੇ ਇੱਧਰ ਨਿੱਕੀ ਭੂਆ ਦਾ ਪਤਾ ਲੱਗ ਗਿਆ ਜਸ਼ਨ ਨੂੰ ਇਹ ਨਿੱਕੀ ਭੂਆ ਲੈ ਮੰਮੀ ਤੂੰ ਦਿਖਾਈ ਨਹੀਂ ਵਾਹ ਮੰਮੀ ਬੈਠੀ ਹੈ ਸਭ ਲਵਾਈ ਜਾਂਦੇ ਆ ਸਿਰਾ ਵਧੀਆ ਪ੍ਰੋਗਰਾਮ ਕੰਮ ਵਾਲੇ ਬੰਦੇ ਆਪਣੇ ਕੋਲ ਹੈਗੇ ਆ ਤਾਂ ਕਿ ਮੰਮੀ ਹਰੀਆਂ ਨੂੰਹਾਂ ਸਿਰ 'ਤੇ ਮੰਮੀ ਹਰੀਆਂ ਐਸ਼ ਕਰਦੀਆਂ ਹੈਂ ਮਹਿੰਦੀਆਂ ਲਓ ਉਹਨੂੰ ਨਹੀਂ ਲਾਉਣੀ ਕਿਵੇਂ ਆ ਬ੍ਰਾਈਟ ਟੂ ਵੀ ਬਣ ਗਈ ਬ੍ਰਾਈਟ ਤਾਂ ਜੋ ਸਵਰੀਨ ਕਿਵੇਂ ਰਿਹਾ ਨਹੀਂ ਗਿਆ ਤੇਰੇ ਤੋਂ ਮਹਿੰਦੀ ਬਿਨਾਂ ਜ਼ਰੂਰੀ ਸੀ ਤੇਰੀ ਇਹਦਾ ਤਾਂ ਨਾ ਵੈਸੇ ਹੀ ਕਿਸੇ ਹੋਰ ਤੋਂ ਲਵਾ ਦੇਣੀ ਸੀ ਇਹਦੇ ਤਾਂ ਸਹੀ ਗੱਲ ਅੱਗੇ ਤਾਂ ਤੁਸੀਂ ਲੈ ਕੇ ਆਉਂਦੇ ਹੋ ਨੇ ਸਵਰੀਨ ਨੂੰ ਉਹ ਤੋਂ ਲਵਾ ਦਿੰਦੇ ਉੱਧਰ ਨੂਰ ਦੀ ਵੀ ਵਾਰੀ ਆ ਗਈ ਲਵਾਉਣ ਦੀ ਮਹਿੰਦੀ ਵੈਸੇ ਇਹਦੀ ਸਲਾਹ ਤਾਂ ਹੈ ਨਹੀਂ ਸੀ ਪਰ ਆ ਹੀ ਗਈ ਹੈ ਛੁੱਟੀ ਸੀ ਇਹਨੂੰ ਚਲੋ ਵਧੀਆ ਤਾਜੂ ਵੀ ਸੌਂ ਗਿਆ ਤਾਜੂ ਤਾਂ ਬਾਹਲਾ ਖਰਾਬ ਹੋਇਆ ਭਾਈ ਰਹਿਣ ਦੇ ਰੱਖ ਲੈਂਦੇ ਬਸ ਉਹ ਮੋਰਨੀ ਮੈਂ ਤਾਂ ਕਹਿੰਦੀ ਛਡਾ ਲਓ ਉੱਥੇ
ਵੀਰੇ ਮੇਰੀ ਗੱਲ ਸੁਣ, ਇਹਦੀ ਫੋਟੋ ਖਿੱਚ ਲਾ, ਦੂਆ ਅਸੀਂ ਸਟਿੱਕਰ ਮੰਗਾਏ ਪਿਆ ਸਾਹਮਣੇ ਦੇਖੋ ਦੇਖੋ ਹੱਸ ਕੇ ਕਮੈਂਟ ਰੱਖਿਓ ਰਿਕ ਜੋਲ ਦੇ ਕਿਸੇ ਕੋਲ ਕੀ ਪ੍ਰੋਫੈਸਰ ਕੋਈ ਇਹਨਾਂ ਜਿਹੜੇ ਜਾਂਸ ਕੋ ਜਿੰਨੇ ਤਾਂ ਦੁਪੱਟਾ ਨਾ ਡੇ ਡਿੱਗੀ ਆ ਬਸ ਇੱਕ ਬਸ ਠੀਕ ਹੈ ਮਾਸੀ ਮੋਇਆ ਦੇ ਨਾਲ ਬਣਾਇਆ ਹੋਇਆ ਹੈ ਹਵਾ ਮਾਰਦਾ ਨਹੀਂ ਮਾਰਨਾ ਉਹ ਤਾਂ ਨਹੀਂ ਮਾਰਨਾ ਹੱਥ ਨਾਲ ਲੱਗ ਕੇ ਨਹੀਂ ਮੈਂ ਜੇ ਕੀ ਲੱਗਨੇ ਆ ਨਹੀਂ ਤੁਸੀਂ ਨਾ ਪਿਆਰ ਥੋੜਾ ਟਾਈਟ ਕਰਕੇ ਲਾ ਲੋਕਰ ਦੀ ਚਾਬੀ ਰੀਨ ਬਣਾ ਦਿੰਦੇ ਆ ਦਿਲ ਕੋ ਫੋਨ ਲਾਈ ਗਿਆ ਕਹਿੰਦਾ ਬਸ ਆ ਗਿਆ ਮੈਂ ਨੀਲੇ ਝੰਡੇ ਕੋਲ, ਦਿਲ ਕਹਿੰਦਾ ਮੈਂ ਦਿਲ ਕੋ ਜੀ ਬੋਲਦਾ ਇੱਥੇ ਆ ਜਾ ਮੇਰਾ ਬ੍ਰਾਈਡਲ ਮਹਿੰਦੀ ਲਾਉਣੀ ਆ ਕਹਿੰਦਾ ਆ ਗਿਆ ਬਸ ਸੁਰਿੰਦਰ ਮਹਿੰਦੀ ਲਵਾ ਵੀ ਲਈ ਸੀ ਸੁਰਿੰਦਰ ਖਾਈ ਦੋਨੋਂ ਇੱਕ ਜੁਵਲ ਦੇਖੋ ਵਾਸਤੇ ਓ ਮਾਈ ਗੋਡ ਮੈਂ ਕਿਹਾ ਸਵਰੀਨ ਸਾਰਾ ਨਾ ਪਹਿਲਾਂ ਹੀ ਛੋਲੀ ਬਗੀ ਲਓ ਬਈ ਆਪਣੇ ਮਾਈਆਂ ਦੀ ਰਸਮ ਵੀ ਹੁੰਦੀ ਆ ਹਨਾ, ਤੇ ਉਹਦੇ ਲਈ ਆਪਾਂ ਭਾਬੀ ਨੂੰ ਡਿਊਟੀ ਦੇਤੀ ਵੀ ਭਾਬੀ ਬਣਾਓ ਵੀ ਚੌਲ ਮਿੱਠੇ ਬਣਾਉਣੇ ਆ ਵੀ ਮਿੱਠੇ ਪੀਲੇ ਜਾ ਕੇ ਬਸ ਚਿੱਟੇ ਹੀ ਬਣਾਉਣੇ ਆ, ਪੀਲਾ ਰੰਗ ਨਹੀਂ ਪਾਉਣਾ ਲੈ ਤੇ ਉਹਦੇ ਵਾਸਤੇ ਕੱਟੀ ਜਾਂਦੀ ਆ ਡਰਾਈ ਫਰੂਟ ਵਧੀਆ ਬਣਾ ਕੇ ਘਾਣਾ ਨੇ ਖਾਣੇ ਹਨਾ ਹਨਾ ਵੀ ਸਹੀ ਆ, ਫਿਰ ਭਾਬੀ ਕੇ ਕੰਮ ਆਉਂਦੇ ਔਖੇ ਔਖੇ ਕੰਮ 'ਚ ਹਨਾ ਵੀ ਭਾਬੀ ਨੂੰ ਜੇ ਤੂੰ ਬਣਾ ਲਿਆ ਭਾਬੀ ਨੇ ਇੱਧਰ ਪਾਣੀ ਰੱਖਤਾ ਤੇ ਫਿਰ ਇਹ ਕਾਜ ਬਣਾ ਕੇ ਕੁੱਕਰ 'ਚ ਬਣਾ ਦੀ ਚਾਹੀਦੀ ਬਣ ਜਾਣਗੇ ਹੈਨਾ। ਚਲੋ ਹੁਣ ਚੌਲ ਬੰਨਗੇ ਤੇ ਉਸ ਤੋਂ ਬਾਅਦ ਆਪਾਂ ਖਵਾਵਾਂਗੇ ਤੇ ਫਿਰ ਭਾਬੀ ਨੂੰ ਆਪਾਂ ਥੈਂਕ ਯੂ ਸੋ ਮੱਚ ਕਰੀਏ ਕਿਉਂਕਿ ਆਖਰ ਕੰਮ ਤੇ ਇਹੀ ਕੰਮ ਆਉਂਦੀ ਹੁੰਦੀ ਆ। ਭਾਬੀ ਤੂੰ ਬਹਿ ਜਾ, ਭਾਬੀ ਤੂੰ ਕਰ ਜਾ, ਭਾਬੀ ਤੂੰ ਉਹਨਾਂ ਨੂੰ ਇੱਥੇ ਸੱਦ ਲਾ, ਤੂੰ ਘਰੇ ਨਾ ਜਾਈ, ਤੂੰ ਐਂ ਨਾ ਕਰੀ ਹੈਨਾ, ਆਏ ਵਾਰੀ ਆਹੀ ਕੁਛ ਹੁੰਦਾ ਹੁੰਦਾ। ਤੇ ਲਓ ਵੀ ਹੁਣ ਚੌਲ ਬੰਨਗੇ ਤੇ ਮੈਂ ਭੁੱਲ ਗਈ ਵਲੌਗ ਪਬਲਿਕ ਹੀ ਨਹੀਂ ਕੀਤਾ ਅੱਜ 5 ਵਜੇ ਵਾਲਾ, ਹੁਣ ਮੈਂ ਐਡਸ ਲਾਉਣੀ ਆ ਤੇ ਵਲੌਗ ਪਬਲਿਕ ਕਰਦੀ ਹਾਂ। ਗੀਤ ਆਂਟੀ ਨੇ ਕਰਤੀ ਸ਼ੁਰੂਆਤ ਮਹਿੰਦੀ ਵਾਲੀ, ਉਧਰ ਦੀ ਬਾਲੋ ਚ ਗਈ ਬੈਠੇ। ਅੱਛਾ ਜੈ ਲਾਈਟਾਂ ਨੇ ਨੀ ਬਾ, ਫਿਰ ਤਾਂ ਜਗਾਓ ਹੈ ਉੱਪਰ ਲੱਗ ਗਈ ਸਿਰਾ। ਹੈਲੋ 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 ਕਿਵੇਂ ਲੈ, ਇੱਕ ਕਹਿੰਦਾ ਹੈਲੋ, ਦੂਜਾ ਕਹਿੰਦਾ ਹਾਏ, ਤੀਜੀ ਸਤਿ ਸ੍ਰੀ ਅਕਾਲ।
ਤੂੰ ਕੁੜੀਆਂ ਇਕੱਠੀਆਂ ਕਰ ਲੈ ਬਈ ਮਿੱਤਰੋ ਆਪਣਾ ਲਾ ਦੀਆਂ ਲਾਈਟਾਂ ਲੂਟਾਂ ਜੀਆਂ ਤੇ ਲੱਗੀ ਜਾਂਦੀ ਇੱਧਰ ਮਹਿੰਦੀ ਹੁਣ ਸਹੀ ਆ ਕੁਆਲਿਟੀ ਕਰੋ ਚੈੱਕ ਇੱਧਰ ਚੌਲ ਆ ਗਏ ਪਤਾ ਨਹੀਂ ਖਵਾਉਂਦੇ ਹੁੰਦੇ ਆ ਕੋਲ ਪਤਾ ਨਹੀਂ ਕੀ ਹੁੰਦੇ ਉਹਨੂੰ ਮਾਈਆਂ ਮਾਈਆਂ ਖਵਾਉਂਦੇ ਆ ਸੱਚ ਆਹ ਲਾਈਟ ਵੀ ਜਗਾਤੀ ਲਾਈਟ ਜੀ ਲਿਆਉਣ ਵਾਲੀ ਹੈ ਲਾਗੇ ਖਵਾਉਣ ਕਹਿੰਦੇ ਮਾਈਆਂ ਕਰੀ ਜਾਂਦੇ ਹਜੇ ਤਾਂ ਪੂਰੇ ਬੰਦੇ ਪੂਰੇ ਕਰੀ ਜਾਂਦੇ ਆ ਘੱਟ ਗਏ ਇੱਧਰ ਜੇ ਉਹਨੂੰ ਹੋ ਗਿਆ ਮਾੜਾ ਜਿਹਾ ਬਾਈ ਦੇ ਵਿੱਚ ਆਉਣੇ ਆਪਾਂ ਹਨਾ ਦੀਨ ਸੁਲੱਖਣਾ ਜੀ ਸਾਡੇ ਨਿਤ ਨੀਤੀਆਂ ਦੇ ਮਨ ਵਿੱਚ ਸ਼ਾਦੀਆਂ ਜੀ ਫੁੱਫੜ ਸਗਣ ਸ਼ਾਦੀਆਂ ਜੀ ਮਾਮੀ ਸ਼ਗਨ ਮਨਾਵੇ ਮਾਮੇ ਦੇ ਮਨ ਵਿੱਚ ਸ਼ਾਦੀਆਂ ਜੀ ਮਾਮੀ ਸ਼ਗਨ ਮਨਾਵੇ ਬਹੁਤ ਗਾਤਾ ਭਾਈ ਹੋਰ ਗਾਓ ਚੱਲੀ ਤੁਰ ਚੱਲੀ ਤੀਕੇ ਕੋਈ ਗਈ ਨੀ ਮਾਂ ਦੇ ਨੀ ਹੇਠ ਰੋਣ ਨੀ ਮਾਂ ਦੀਆਂ ਟਾਣੀਆਂ ਨਾਲੇ ਭਿੱਜ ਗਏ ਵੀਰਾਂ ਦੇ ਨੀ ਅਣ ਤੋਂ ਪਿਆਰੀ ਗਏ ਆ ਮੂਸੇਵਾਲ ਦਾ ਫੜ ਫਿਰਦਾ ਉਹ ਇੱਕ ਹਾਂਜੀ ਜੀ ਹੈ ਕਰੀ ਦੁਬਾਰੇ ਉਹਦਾ ਤਾਂ ਦੁਬਾਰੇ ਕਰੀ ਕਿਵੇਂ ਜੇ ਕਰਦੇ ਨਹੀਂ ਪਹਿਲਾਂ ਲੱਖ ਹੋਰ ਹੀ ਬਾਅਦ ਜੀ ਗੱਡੀ ਸੀ ਮਿੱਤਰੋ ਲੈ ਬਾਈ ਲਾਈਟ ਜੀ ਗਈ ਮਾੜੀ ਜੀ ਇੰਨੇ ਨਾਲ ਸਹੀ ਹੋ ਜੂਗਾ
ਲਾਈਟ ਜੀ ਜਗਾ ਮੁੜ ਕੇ ਆਪਣਾ ਜਗਾਉਂਦੇ ਆ ਕਿਹੜੇ ਗਾਹ ਨੂੰ ਮੜੀ ਗਾਹ ਨੂੰ ਕੱਢਣ ਪਿੱਛੇ ਅਜੇ ਗਿਰ ਸਾਰੇ ਅਜੇ ਮਾੜਾ ਜਿਹਾ ਪੈਂਦੇ ਬੁੰਦੇ ਹੈਗੇ ਸੈੱਟ ਜੇ ਹੋ ਗਏ ਫਿਰ ਇੱਧਰ ਬਾਈ ਨੇ ਵੀ ਬਣਾਉਣੀ ਆ ਨਾ ਇਹਨਾਂ ਦੀ ਫੋਟੋ ਫਾਟੋ ਖਿੱਚਣਗੇ ਸ਼ੁਰੂ ਹੋਣ ਜਾ ਰਹੀ ਹੈ ਕਾਰਵਾਈ ਓਏ ਐ ਬਣਾ ਸਾਰੇ ਕਿਤੇ ਬੋਲ ਵੀ ਵਿੱਚ ਇੱਧਰ ਵੀ ਹੋ ਗਿਆ ਮਿੱਤਰੋ ਸਾਰਾ ਜਿਹਾ ਸੈੱਟ ਹੋ ਗਿਆ ਦੋ ਦੋ ਫੋਨਾਂ ਤੇ ਚੱਲੀ ਜਾਂਦਾ ਕੰਮ ਚੁੱਪ ਕਰ ਇੱਕ ਆ ਸੀ ਇੱਕ ਆ ਸੀ ਹੁਣੇ ਐਂ ਬਣ ਰਿਹਾ ਲੈ ਬਾਈ ਜਗ ਪੀ ਲਾਈਟ ਬਾਈ ਨੇ ਜਗਾਤੀ ਆਹ ਕੁੱਕਾ ਜਾ ਤੇ ਹੁਣ ਚੱਲੂ ਸਿਰਾ ਗੱਲਬਾਤ ਪੂਰੀ ਆਹੋ ਲੱਗ ਗਈ ਭੂਆ ਦੇ ਤਾਂ ਮਹਿੰਦੀ ਤੇ ਹੁਣ ਮਾਹੀਆਂ ਖਵਾਉਂਦੇ ਆ ਦੋੜ ਬੜੇ ਪਏ ਮਾਹੀਆਂ ਦੇ ਇੱਧਰ ਖਵਾਉਂਦੇ ਆ ਮੇਕਅਪ ਸੈੱਟ ਕਰਨਾ ਹੁੰਦਾ ਮਾੜਾ ਜਿਹਾ ਮੇਕਅਪ ਵੀ ਸੈੱਟ ਕਰਨਾ ਹੁੰਦਾ ਮਾੜਾ ਜਿਹਾ ਜੂਮ ਹੋ ਗਿਆ ਸੀ ਇੱਧਰ ਚੱਲ ਰਿਹਾ ਫੋਟੋ ਸ਼ੂਟ ਇੱਧਰ ਆਪਣਾ ਵੀ ਚੱਲ ਰਿਹਾ ਮਹਿੰਦੀ ਪੂਰੀ ਲੱਗ ਚੁੱਕੀ ਆ ਮਹਿੰਦੀ ਪੂਰੀ ਲੱਗ ਚੁੱਕੀ ਆ ਲਓ ਬਈ ਵਾਰੀ ਵਾਰੀ ਚੱਲ ਰਿਹਾ ਪੂਰਾ ਫੰਕਸ਼ਨ ਇੱਧਰ ਕਮੈਂਟਰੀ ਆਪਾਂ ਨੂੰ ਥੋੜੀ ਘੱਟ ਕਰਨੀ ਆਉਂਦੀ ਆ ਆਪੇ ਕਰ ਲੈਣਗੇ ਬਾਅਦ ਚ ਕਮੈਂਟਰੀ ਤਾਂ ਬਾਏ ਕੱਟ ਕੇ ਕੀਤੀ ਜਾਊਗੀ ਕੋਈ ਨੀ ਚਲੋ ਠੀਕ ਹੈ ਸਾਹਮਣੇ ਇੱਕ ਸਮਾਈਲ ਇੱਕ ਸਾਰੇ ਦੇਖੋ ਸਾਹਮਣੇ ਦੇਖੋ ਇੱਧਰ ਮੇਰੇ ਘਰੀ ਸਾਹਮਣਾ ਚਲੋ ਜੀ ਨਹੀਂ ਜੀ ਅਜੇ ਨਹੀਂ ਚੱਲਣਾ ਚਲੋ ਜੀ ਪਹਿਲਾਂ ਇਹਨੂੰ ਦੇਖ ਲਓ ਬਲੌਗ ਲੈ ਕਿਹਦੇ ਪਾਸੇ ਬਾਈ ਤੂੰ ਤੈਨੂੰ ਸੱਦਿਆ ਕਿਸੇ ਨੇ ਦੱਸੀ ਕਿਹਨੇ ਸੱਦਿਆ ਬਾਈ ਤੈਨੂੰ ਬਾਏ ਬਾਏ ਨੀ ਸੱਦਿਆ ਕਿਹਨੇ ਤੈਨੂੰ ਸੱਦਿਆ ਸਾਨੂੰ ਕਿਹਨੇ ਸੱਦਿਆ ਵਿਆਹ ਕੌਣ ਨੇ ਵਿਆਹ ਕੀ ਦਾ ਗਾ ਭੂਆ ਦਾ ਕਿਹੜੀ ਭੂਆ ਦਾ ਸਿੱਧੇ ਨੀ ਸੱਦਿਆ ਬੂ ਭੂਆ ਦਾ ਮੈਨੂੰ ਸਾਰਾ ਕੁਝ ਪਤਾ ਪਰ ਮੈਨੂੰ ਨਹੀਂ ਪਤਾ ਖਿੱਚੋ ਬਾਈ ਖਿੱਚੋ ਦੂਜਾ ਇਹ ਤਾਂ ਘੱਟ ਨੀ ਰਹਿਣੀਆਂ ਚਾਹੀਦੀਆਂ ਇਹ ਤਾਂ ਮੇਨ ਬੰਦੇ ਆ ਸਪਰੀਨ ਵਰਗੇ ਤਾਂ ਚਾਬੀ ਵਾਲੇ ਵਿੱਕੀ ਕੀਪਾਂ ਭਰੀ ਜਾਂਦਾ ਪਤਾ ਕਹਿੰਦਾ ਜਿੰਨੀ ਕੂਚਨੀ ਚ ਰਹਿ ਗਈ ਮਹਿੰਦੀ ਚ ਰਹਿ ਗਈ ਅੰਦਰ ਕੋਈ ਕਮੀ ਆ ਨਿੰਬੂ ਲਾ ਦਿਓ ਚੱਕ ਕੇ ਕੁੜੀਆਂ ਨਾਲੇ ਚੌਲ ਖਵਾਓ ਜਿਹੜੇ ਬਚ ਗਏ ਲੇਟ ਪੀਸ ਕਿੱਥੇ ਆ ਮਹਿਕ ਵੀਰਾ
ਲੇਟ ਫੀਸ ਵਾਲਾ ਚੈੱਕ ਕਿੱਥੇ ਆ? ਲੇਟ ਫੀਸ ਵਾਲਾ ਚੈੱਕ, ਲੇਟ ਫੀਸ ਥੈਂਕ ਯੂ ਸੋ ਮਚ। ਲੇਟ ਫੀਸ, ਲੇਟ ਫੀਸ, ਲੇਟ ਫੀਸ, ਚਲੋ ਚਲ ਗਏ ਬਸ। ਵਿਆਹ ਵਾਲਾ ਘਰ, ਮਹਿੰਦੀ ਦੀ ਰਸਮ ਦਿਖਾਉਂਦੇ ਹੋਏ। ਓ ਤਕਦੀਰ, ਹਾਏ, ਮਹਿੰਦੀ ਦੀ ਰਸਮ। ਲਾਗੀ ਪੁਆਜ ਮਹਿੰਦੀ ਸਾਰੀ? ਚੁੱਲ੍ਹਾ ਚੌਂਤਰਾ, ਰੋਟੀ ਬਣਦੇ ਹੋਏ। ਹਾਂ, ਚਾਚੀ ਜੀ ਮਹਿੰਦੀ ਦਿਖਾਇਓ। ਬੈਠੀਆਂ ਨੇ ਭਾਈ, ਸਾਰਿਆਂ ਨੇ ਵਾਰੋ ਵਾਰੀ ਮਹਿੰਦੀ ਲਵਾ ਲਈ। ਪਿਤੇ ਭੂਆ ਜੀ ਮਹਿੰਦੀ ਰਹਿੰਦੀ ਆ, ਮਹਿੰਦੀ ਲੱਗ ਰਹੀ ਆ। ਪੰਜਾਬੀ ਚ ਨਹੀਂ, ਮੈਂ ਤੈਨੂੰ ਲਿਖ ਕੇ ਦੇਵਾਂ। ਬੁਆ ਦੇ ਦਿਲ ਮਨ ਵਿੱਚ ਸ਼ਾਦੀਆਂ ਜੀ ਫੁੱਕੜ ਸਗਨ